ਚੱਲ ਕਰਦੀ ਤੂੰ ਫੋਨ ਜਦੋਂ ਲੰਗਰ ਹੋਇਆ ਖਾਣਾ ਮਹਿਮਾਨ ਵਿੱਚ ਆਇਆ ਸਿੱਧੂ ਗੋਣੋਂ ਹਟ ਗਿਆ। ਤੁਸੀਂ ਵੀ ਸੋਚਦੇ ਹੋਵੋਗੇ ਕਿ ਇਹ ਨੱਚ ਕਿਉਂ ਰਹੇ ਨੇ, ਕੀ ਪ੍ਰੀਤ ਸਿੰਘ ਦੇ ਮੁੰਡਾ ਹੋਇਆ ਹੈ? ਨਹੀਂ, ਪ੍ਰੀਤ ਸਿੰਘ ਦਾ ਪਿਛਲਾ ਗਾਣਾ ਯਾਰ ਤੇਰਾ ਲਿਖਾਰੀਆ ਬਹੁਤ ਜ਼ਿਆਦਾ ਹਿੱਟ ਹੋ ਚੁੱਕਿਆ ਹੈ। ਪਾਰਟੀ ਆਪਾਂ ਪੂਰੀ ਗ੍ਰੈਂਡ ਪਾਰਟੀ ਕਰਨੀ ਆ। ਕਿੰਨੇ ਜਾਣੇ ਆਪਾਂ? 2, 4, 5। ਐ ਕਰੋ, ਇੱਕ ਕੋਕ ਦੀ ਬੋਤਲ ਲੈ ਆਓ ਤੇ 5 ਲੇਜ, ਜਿਹੜਾ ਬਜਾ ਖੁਜਾ ਘਰੇ ਲੈ ਜਾਓ ਜਵਾਕਾਂ ਲਈ। ਇੰਨੀ ਵੱਡੀ ਪਾਰਟੀ ਕੀ ਕਰਨੀ ਆ ਯਾਰ, ਹਲ ਹੁਲ ਬੁੱਕ ਕਰਾ ਲੈਂਦੇ। ਤੂੰ ਲੇਜ ਵਾਲੀ ਕੰਪਨੀ ਦਾ ਜੁਆਇਨ ਤਾਂ ਨਹੀਂ? ਪੁੱਤਰ ਜੀ ਕੀ ਗੱਲ, ਕੋਈ ਬੀਬੀ ਬੂਬੀ ਨਹੀਂ ਬੁਲਾਈ? ਮੈਂ ਤਾਂ ਬੁੱਕੇ ਲਈ ਫਿਰਦਾ ਸੀ ਉਹਨਾਂ ਲਈ। ਇਹ ਪਾਰਟੀ ਹੈ ਕਿਸ ਚੀਜ਼ ਦੀ ਵੈਸੇ? ਉਹ ਬਾਪੂ ਜੀ, ਆਪਣਾ ਜਿਹੜਾ ਲਿਖਾਰੀ ਸ਼ਿਕਾਰੀ ਸੌਂਗ ਆ ਨਾ, ਉਹ 10 ਮਿਲੀਅਨ ਵਿਊਜ਼ ਤੋਂ ਪਾਰ ਹੋ ਗਿਆ, ਉਹਦੀ ਆਪਾਂ ਪਾਰਟੀ ਕਰ ਰਹੇ ਹਾਂ। ਉਹ ਤਾਂ ਠੀਕ ਹੈ ਪੁੱਤਰ ਜੀ, ਪਰ ਕੋਈ ਬੀਬੀਆਂ ਬੂਬੀਆਂ ਵੀ ਸੱਦ ਲੈਂਦੇ ਨਾ। ਮੇਰਾ ਕਿੱਥੇ ਦਿਲ ਲੱਗਣਾ ਬੁੱਢੇ ਬੰਦੇ ਦਾ, ਮੈਂ ਇੱਥੇ ਆਹ ਬੁੱਜਾਂ ਨੂੰ ਦੇਖਣ ਆਇਆ ਵਾਂ। ਦੇਖ ਲਾ, ਪਹਿਲਾਂ ਆਪਾਂ ਨੂੰ ਇਹਨੇ ਜੱਬਲ ਕਿਹਾ ਸੀ, ਹੁਣ ਬਾਪੂ ਜੀ ਨੇ ਵੀ ਕਹਿਤਾ, ਇਹਦਾ ਮਤਲਬ ਆਪਾਂ ਸੱਚੀ ਜੱਬਲ ਹਾਂ ਯਾਰ। ਹੈਗੇ ਤਾਂ ਫਿਰ ਕਹਿ ਲੈਂਦੇ। ਤੂੰ ਹੀ ਆ, ਮੈਂ ਨਹੀਂ ਨਾ ਹੈਗਾ। ਤੁਸੀਂ ਫਿਰ 10 ਮਿਲੀਅਨ ਤਾਂ ਕੋਈ ਸਪੇਸ ਬੱਸ ਸੁਣਾਓ ਯਾਰ। ਦੇਖੋ ਜੀ, ਅੱਜ ਮੈਂ ਜੋ ਵੀ ਹਾਂ ਨਾ, ਆਪਣੇ ਸਤਿਕਾਰਯੋਗ ਬਾਪੂ ਜੀ ਕਰਕੇ ਤਾਂ ਬਿਲਕੁਲ ਵੀ ਨਹੀਂ ਹੈਗਾ। ਪੁੱਤਰ ਜੀ ਮੈਂ ਚੰਡਾ ਬੜੀਆਂ ਮਾਰਦਾ ਹੁੰਦਾ ਵਾਂ, ਮੈਂ ਨਾ 10 ਦੀ ਗਿਣਤੀ ਦੱਸਦਾ ਹੁੰਦਾ ਚਪੇੜਾਂ ਦੀ, ਉਦੋਂ ਬਾਅਦ 9ਵੇਂ 'ਤੇ ਭੁੱਲ ਕੇ ਫਿਰ 0 ਤੋਂ ਸਟਾਰਟ ਕਰਨਾ ਚਪੇੜਾਂ ਮਾਰਨੀਆਂ। ਯਾਰ ਕਈਆਂ ਦੇ ਬਾਪੂ ਨਾ ਮਾੜੇ ਹੁੰਦੇ ਆ, ਕਈਆਂ ਦੇ ਬਹੁਤ ਮਾੜੇ ਹੁੰਦੇ ਆ, ਫਿਰ ਆ ਸਾਡੇ ਵਾਲੇ ਆਉਂਦੇ ਆ। ਅਤੇ ਤੁਹਾਡੇ ਬਾਰੇ ਵੀ ਮੈਂ ਯਾਰ ਇੱਕ ਦਿਲ ਤੋਂ ਗੱਲ ਕਹਿਣੀ ਚਾਹੁੰਦਾ ਵਾਂ ਯਾਰ, ਜਿਹੜੀ ਮੇਰੇ ਦਿਲੋਂ ਆਈ ਆ। ਜੇ ਤੁਸੀਂ ਮੇਰੇ ਨਾਲ ਨਾ ਹੁੰਦੇ ਯਾਰ, ਮੈਨੂੰ ਲੱਗਦਾ ਮੈਂ ਹੋਰ ਵੀ ਉੱਤੇ ਹੋ ਸਕਦਾ। ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ, ਉਹ ਤਾਂ ਮੇਰੇ ਫੱਤੀ ਦਿਲੋਂ ਹੀ ਆਈ ਆ, ਧੁਰੋਂ ਹੀ ਆਈ ਆ ਯਾਰ। ਹੁਣ ਦੇਖੋ ਯਾਰ, ਮੇਰਾ ਲੈਵਲ ਇੱਥੇ ਆ, ਤੁਹਾਡਾ ਲੈਵਲ ਵੀ ਮੇਰੇ ਬਰਾਬਰ ਇੱਥੇ ਹੋ ਸਕਦਾ ਸੀ, ਪਰ ਤੁਹਾਡਾ ਲੈਵਲ ਇੱਥੇ ਆ ਮੇਰੇ ਗਿੱਟਿਆਂ ਦੇ ਵਿੱਚ। ਕੀ ਬੋਲੀ ਜਾਂਦਾ ਇਹ? ਉਹ ਕੋਕ ਤਾਂ ਲੈ ਆਓ ਵੇਟਰ। ਮੈਨੂੰ ਪਹਿਲਾਂ ਹੀ ਪਤਾ ਸੀਗਾ ਇੱਦਾਂ ਹੀ ਹੋਣਾ ਵਾ, ਤਾਂ ਮੈਂ ਪਹਿਲਾਂ ਹੀ ਰੱਖ ਲਿਆ ਸੀ। ਆਪਾਂ ਪੂਰੀ ਗ੍ਰੈਂਡ ਪਾਰਟੀ ਕਰਨੀ ਆ, ਆ ਚੱਕੋ। ਇੰਸਟਾ 'ਤੇ ਸਟੋਰੀ ਤਾਂ ਪਾ ਦਈਏ। ਤੁਸੀਂ ਪੀ ਲਿਆ ਕੋਕ? ਹਾਂ ਹਾਂ। ਨਹੀਂ ਪੀਣਾ ਸੀ। ਕਿਉਂ? ਉਹ ਤਾਂ ਮੈਂ ਸਟੋਰੀ ਪਾਉਣ ਨੂੰ ਲੈ ਕੇ ਆਇਆ ਸੀਗਾ, ਚਲੋ ਐਂ ਕਰਦਾ ਮੈਂ ਦੇ ਦੂੰਗਾ ਉਹਨੂੰ 60 ਰੁਪਈਏ। ਓਏ, 80ਆਂ ਦੀ ਬੋਤਲ ਆ, ਉਹ ਐਕਸਪਾਇਰ ਸੀ ਨਾ, ਤਾਂ ਸਸਤੀ ਮਿਲ ਗਈ ਸੀ, ਤਾਂ ਹੀ ਤਾਂ ਮੈਂ ਆਪਦਾ ਅਲੱਗ ਰੱਖਿਆ ਸੀ, ਤੁਹਾਨੂੰ ਮੈਂ ਫੁੱਦੂ ਲੱਗੀ ਜਾਂਦਾ ਸੀ। ਵੈਸੇ ਹੈਪੀ ਬਰਥਡੇ ਵਾਲਾ ਕਿਉਂ ਲਾਇਆ? ਓਏ, ਉਹ ਮਹਿੰਗਾ ਪੈ ਰਿਹਾ ਸੀ, ਆ ਬਰਥਡੇ ਵਾਲਾ ਸਸਤਾ ਪੈ ਰਿਹਾ ਸੀਗਾ, ਤਾਂ ਕਰਕੇ ਆਪਾਂ ਇਹੀ ਲਿਆ ਏ, ਕੋਈ ਚੱਕਰ ਤਾਂ ਨਹੀਂ? ਤੇ ਤੁਹਾਨੂੰ ਕੋਈ ਬਾਹਲਾ ਚੱਕਰ ਆ, ਆਪਾਂ ਇਹਨੂੰ ਪੜ ਦਿੰਦੇ ਹਾਂ, ਕੋਈ ਚੱਕਰ ਨਹੀਂ। ਕੋਕ ਹੋਰ ਪੀਣਾ? ਨਹੀਂ। ਵੈਸੇ ਵੀ ਮੌਕੀ ਗਿਆ, ਰਾਤ ਰਹਿਣੀ ਆ? ਨਹੀਂ। ਤੇ ਜਾਓ ਫਿਰ, ਚੌਣਾ ਇਕੱਠਾ ਹੋਇਆ ਘਰ ਸਾਡਾ, ਉਹ ਮੈਂ ਜਾਣ ਹੀ ਲੱਗਾ ਸੀ, ਅੱਜ ਤੁਹਾਨੂੰ ਨਾਲ ਲੈ ਚੱਲਦੇ ਹਾਂ। ਨਹੀਂ ਨਹੀਂ, ਲੋੜ ਨਹੀਂ। ਉਹ ਮੈਂ ਤਾਂ ਕਹਿ ਰਿਹਾ ਸੀ, ਮੈਂ ਤੁਰ ਕੇ ਆਇਆ ਸੀ, ਮੈਨੂੰ ਛੱਡ ਆਇਓ ਮੋਟਰਸਾਈਕਲ 'ਤੇ, ਉਹ ਮੈਂ ਜਾਣ ਹੀ ਲੱਗਾ ਸੀ। ਉਹ ਮੈਂ ਤਾਂ ਕਹਿ ਰਿਹਾ ਸੀ, ਮੈਂ ਤੁਰ ਕੇ ਆਇਆ ਸੀ, ਮੈਨੂੰ ਛੱਡ ਆਇਓ ਮੋਟਰਸਾਈਕਲ 'ਤੇ। ਮੇਰਾ ਟਾਈਮ ਵੀ ਆਊਗਾ, ਲੱਗਦਾ ਮੇਰੀ ਘੜੀ ਆ ਗਈ। ਉਹ ਤੂੰ ਤਾਂ ਉਹੀ ਨਹੀਂ? ਹਾਂ ਹਾਂ ਉਹੀ ਆ। ਤੂੰ ਤਾਂ ਮਿਊਜ਼ਿਕ ਵੀ ਕਰਦਾ ਸੀ? ਉਹ ਵੀ ਕਰ ਲੈਂਦੇ ਹਾਂ ਆਪਾਂ, ਦੋ ਦੋ ਕੰਮ ਆ, ਪਾਰਟ ਟਾਈਮ ਜੋਬ ਆ ਮੇਰੀ ਇਹ। ਅੱਛਾ, ਹਾਂ ਯਾਰ, ਐਡੀ ਕੀ ਮਜਬੂਰੀ ਪੈ ਗਈ ਵੈਸੇ? ਬਸ ਪੈਸਿਆਂ ਦੀ ਲੋੜ ਹੁੰਦੀ ਆ, ਹੋਰ ਕੀ। ਤੂੰ ਤਾਂ ਬੜਾ ਦੁਖੀ ਲੱਗਦਾ ਮੈਂ। ਹਾਂ,
ਤੈਨੂੰ ਨਹੀਂ ਪਤਾ ਮੈਂ ਦੂ ਵੀ ਜ਼ਿਆਦਾ ਦੁਖੀ ਹਾਂ। ਅੱਛਾ ਮੈਂ ਤੈਨੂੰ ਆਪਦੇ ਦੁੱਖ ਸੁਣਾਉਂਦਾ ਵਾਂ, ਜਿੰਨਾ ਕੀ ਹੋਊਗਾ ਤੂੰ ਮੋਟੀਵੇਟ ਹੋਏਗਾ, ਤੈਨੂੰ ਹੌਸਲਾ ਮਿਲੂਗਾ। ਉਹ ਤੂੰ ਮੈਨੂੰ ਪੈਸੇ ਦੇ ਦੇ ਯਾਰ। ਪੈਸੇ ਮੈਂ ਤੈਨੂੰ ਦੇ ਦੂੰਗਾ ਪਰ ਮੈਂ ਤੈਨੂੰ ਪਹਿਲਾਂ ਆਪਦੀ ਦੁੱਖ ਵੀ ਸੁਣਾਊਂਗਾ ਨਾ, ਫਿਰ ਤੂੰ ਤੈਨੂੰ ਹੱਲਾਸ਼ੇਰੀ ਮਿਲੂਗੀ ਕਿ ਮੇਰੇ ਤੋਂ ਵੀ ਦੁਖੀ ਬੰਦੇ ਪਏ ਆ। ਚੱਲ ਸੁਣਾ ਫਿਰ, ਅੰਦਰ ਜਾ ਕੇ ਸੁਣਾਊਂਗਾ ਨਾ ਤੈਨੂੰ। ਚੱਲ ਫਿਰ, ਤੈਨੂੰ ਪਤਾ ਮੈਂ ਗਾਣਾ ਰਿਕਾਰਡ ਕਰਨ ਜਾਣਾ ਵਾ, ਮੇਰੀ ਕਿਸੇ ਨੇ ਬੇਇੱਜ਼ਤੀ ਕੀਤੀ ਆ। ਅੱਛਾ ਹੁਣ ਆਪਾਂ ਉੱਥੇ ਜਾਣਾ ਵਾ, ਤੂੰ ਮੇਰੇ ਨਾਲ ਚੱਲੇਗਾ? ਹਾਂ ਹਾਂ, ਆਹ ਛੋਟੇ ਤੋਂ ਹੀ ਕਰਾ ਲੈਂਦੇ ਗਾਣਾ ਵੀ ਰਿਕਾਰਡ। ਹਾਂ ਹਾਂ, ਸਾਡੇ ਤੋਂ ਕਰਾ ਲਓ। ਹਾਂ ਚੱਲ, ਮੈਂ ਮੂੰਹ ਧੋ ਲਵਾਂ, ਉਦੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਚੱਲ ਠੀਕ ਆ। ਇਹ ਕਿਹੜਾ ਫੇਸ ਵਾਸ਼ ਆ? ਉਹ ਇਹ ਆ ਉਸ ਤਰ੍ਹਾਂ ਦੀ ਓਇਲ ਕੰਟਰੋਲ ਕਿੱਟ ਜੋ ਕਿ ਐਕਸੈਸ ਓਇਲ ਅਤੇ ਡਰਟ ਨੂੰ ਰਿਮੂਵ ਕਰਦਾ, ਐਕਨੇ ਅਤੇ ਬ੍ਰੇਕਆਊਟ ਨੂੰ ਚੈੱਕ ਕਰਦਾ ਅਤੇ ਨਾਲ ਦੀ ਨਾਲ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਦਾ। ਸਭ ਤੋਂ ਪਹਿਲਾਂ ਆਪਣਾ ਫੇਸ ਗਿੱਲਾ ਕਰਨਾ, ਫਿਰ ਆਪਣੇ ਹੱਥ 'ਤੇ ਲੈਣਾ, ਉਦੋਂ ਬਾਅਦ ਐਂਟੀ ਕਲੋਕ ਵਾਈਜ਼ ਮਸਾਜ ਕਰਨੀ ਹੈ ਆਪਣੇ ਗੱਲਾਂ 'ਤੇ, ਆਪਣੇ ਫੋਰਹੈਡ 'ਤੇ, ਸਾਰੇ ਪਾਸੇ। ਇਹ ਫੇਸ ਵਾਸ਼ ਪ੍ਰੀਮੀਅਮ ਕੁਆਲਿਟੀ ਦੇ ਇੰਗਰੀਡੀਐਂਟਸ ਦਾ ਬਣਿਆ ਹੋਇਆ, ਜਿਵੇਂ ਕਿ ਕੀ ਲਾਈਮ ਐਕਸਟ੍ਰੈਕਟ, ਵਾਈਲਡ ਬੇਸਿਲ ਐਕਸਟ੍ਰੈਕਟ, ਜਿਹੜਾ ਆਪਣੀ ਸਕਿਨ ਨੂੰ ਹੋਲਿਸਟਿਕ ਗੁੱਡਨੈਸ ਦਿੰਦਾ। ਅਤੇ ਬਾਕੀ ਬ੍ਰੈਂਡ ਵਰਗਾ ਨਹੀਂ ਹੈਗਾ, ਇਹ ਬਿਲਕੁਲ ਫ੍ਰੀ ਆ ਹਰ ਤਰ੍ਹਾਂ ਦੇ ਕੈਮੀਕਲ ਤੋਂ। ਉਸ ਤੋਂ ਬਾਅਦ ਠੰਡੇ ਪਾਣੀ ਨਾਲ ਮੂੰਹ ਧੋ ਲੈਣਾ। ਵਧੀਆ ਰਿਜ਼ਲਟ ਲਈ ਤੁਹਾਨੂੰ ਡੇਲੀ ਯੂਜ਼ ਕਰ ਸਕਦਾ ਆਪਣੀ ਸਕਿਨ ਕੇਅਰ ਰੂਟੀਨ ਵਿੱਚ। ਉਦੋਂ ਬਾਅਦ ਲਾਉਣੀ ਆ ਉਸ ਤਰ੍ਹਾਂ ਮੋਇਸਚਰਾਈਜ਼ਿੰਗ ਕਰੀਮ, ਇਹਦੇ ਵਿੱਚ ਸੀ ਬਟਰ ਐਂਡ ਓਲਿਵ ਓਇਲ ਜੋ ਕਿ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਦਾ। ਇਹ ਜੈੱਲ ਬੇਸਡ ਆ ਜੋ ਕਿ ਓਇਲੀ ਸਕਿਨ ਨੂੰ ਬਹੁਤ ਵਧੀਆ ਸੂਟ ਕਰਦਾ। ਇਹਨੂੰ ਬਾਅਦ ਆਪਣੇ ਫੇਸ 'ਤੇ ਜਾਂ ਨੈਕ 'ਤੇ ਜਿੱਥੇ ਵੀ ਤੁਹਾਨੂੰ ਲਾ ਲਾ, ਤੂੰ ਇਹਨੂੰ ਡੇਲੀ ਯੂਜ਼ ਕਰ ਸਕਦਾ ਬਿਨਾਂ ਕਿਸੇ ਟੈਨਸ਼ਨ ਤੋਂ। ਇਹ ਕਿਰ ਨੂੰ ਦਿਨ 'ਚ ਦੋ ਵਾਰ ਯੂਜ਼ ਕਰ, ਵਧੀਆ ਰਿਜ਼ਲਟ ਲਈ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਮਿਲ ਜੂਗਾ। ਹਾਂ ਹਾਂ ਯਾਰ, ਮੈਂ ਜ਼ਰੂਰ ਖਰੀਦੂੰਗਾ। ਚੱਲ ਮੈਂ ਤੈਨੂੰ ਸ਼ਾਮ ਨੂੰ ਮਿਲਦਾ, ਠੀਕ ਆ? ਕੱਲ੍ਹ ਇਹਨਾਂ ਨੇ ਮੈਨੂੰ ਤੋਰ ਕੇ ਭੇਜਿਆ ਅਤੇ ਕੱਲ੍ਹ ਨੂੰ ਮੈਨੂੰ ਥੱਪੜੇ ਮਾਰ ਕੇ ਭੇਜਣਗੇ। ਐਂ ਤਾਂ ਫਿਰ ਗੱਲ ਨਹੀਂ ਨਾ ਬਣਦੀ ਪ੍ਰੀਤ ਸਿੰਘ, ਤੈਨੂੰ ਕੁਛ ਕਰਨਾ ਪੈਣਾ ਵਾ। ਆਪਣੀ ਅੰਦਰਲੀ ਅੱਗ ਨੂੰ ਜਗਾ, ਇਹਨਾਂ ਨੂੰ ਕੁਛ ਕਰਕੇ ਦਿਖਾ, ਨਹੀਂ ਤਾਂ ਫਿਰ ਟ੍ਰੇਨ ਥੱਲੇ ਆ ਕੇ ਮਰ ਜਾ। ਹਲੇ ਮਾੜੀ ਕਿਸਮਤ ਨੂੰ ਟ੍ਰੇਨਾਂ ਵੀ ਬੰਦ ਨੇ ਨਾ ਹੁਣ। ਚਲੋ ਪ੍ਰੀਤ ਸਿੰਘ ਨੂੰ ਫੋਨ ਕਰਦੇ ਹਾਂ, ਦੇਖਦੇ ਹਾਂ ਕੀ ਕਹਿੰਦਾ ਵਾ। ਤੇਰੀ ਭੈਣ ਦੀ, ਮੈਨੂੰ ਲੱਗਦਾ ਹੁਣ ਮੈਨੂੰ ਗਾਲਾਂ ਕੱਢਣਗੇ ਕੋਕ ਕਰਕੇ। ਭਾਅ ਜੀ ਮੈਨੂੰ ਮਾਫ਼ ਕਰ ਦਿਓ ਕੋਕ ਕਰਕੇ, ਭਾਅ ਜੀ ਪਲੀਜ਼ ਮਾਫ਼ ਕਰ ਦਿਓ। ਕੀ ਬੋਲੀ ਇਹਨੇ ਬਰੋ, ਆਪਾਂ ਨੈਕਸਟ ਸੌਂਗ ਕਰਨਾ, ਜਲਦੀ ਜਲਦੀ ਸਟੂਡੀਓ ਆ ਜਾਓ। ਲੱਗਦਾ ਰੱਬ ਨੇ ਮੇਰੀ ਸੁਣ ਲਈ, ਇਹਨਾਂ ਨੇ ਮੈਨੂੰ ਭਜਾਇਆ ਸੀ ਨਾ, ਹੁਣ ਮੈਂ ਵੀ ਨਹੀਂ ਜਾਣਾ। ਹਰਸ਼ ਸਿਆਂ ਆਪਦੀ ਅਣਖ ਦਿਖਾ ਦੇ। ਹੈਲੋ, ਉਹ ਨਹੀਂ ਮੈਂ ਨਹੀਂ ਆ ਸਕਦਾ, ਮੇਰਾ ਤਾਂ ਸਕੈਜੂਅਲ ਹੀ ਬਹੁਤ ਬਿਜ਼ੀ ਆ, ਮੇਰੇ ਪ੍ਰੋਜੈਕਟ ਬਹੁਤ ਵੱਡੇ ਵੱਡੇ ਚੱਲ ਰਹੇ ਆ। ਅਤੇ ਤੁਹਾਡੇ ਨਾਲ ਅਸੀਂ ਗਾਣਾ ਕਰਨਾ ਵਾ, ਉਹ ਸਾਡਾ ਹੀ ਲਿਖਿਆ ਹੋਇਆ, ਤੁਸੀਂ ਸਟੂਡੀਓ ਆ ਜਾਓ ਸਾਡੇ। ਉਹ ਮੈਂ ਪ੍ਰੋਜੈਕਟ ਕਰਨ ਹੀ ਲੱਗਾ ਸੀ। ਹਾਂ, ਮੈਨੂੰ ਟਰੰਪ ਨੇ ਹੀ ਬੁਲਾਇਆ ਸੀਗਾ, ਉਹ ਕਹਿੰਦਾ ਭੋਗ 'ਤੇ ਆ ਜਾ, ਉੱਥੇ ਹੀ ਮੈਂ ਜਾਣ ਹੀ ਲੱਗਾ ਸੀ, ਤਾਂ ਮੈਂ ਆ ਨਹੀਂ ਸਕਦਾ ਗਾ। ਕੋਈ ਚੱਕਰ ਤਾਂ ਨਹੀਂ? ਨਹੀਂ ਨਹੀਂ, ਦੇਖ ਲਓ ਜੇ ਤੁਸੀਂ ਆ ਸਕਦੇ ਹੋ ਸਾਡੇ ਸਟੂਡੀਓ ਆ ਜਾਓ ਫਿਰ। ਉਹ ਨਾ ਨਾ ਜੀ, ਮੈਂ ਆ ਹੀ ਨਹੀਂ ਸਕਦਾ। ਹੁਣ ਦੇਖੋ ਸਿੱਧੂ ਵੀ ਗਾਉਣੋਂ ਹਟ ਗਿਆ, ਕਰਨ ਔਜਲਾ ਵੀ ਆਪਾਂ ਹੁੱਡੀਆਂ ਵੇਚਣ ਲਾਤਾ ਹੋਇਆ ਵਾ। ਮੇਰੇ ਕੋਲ ਟਾਈਮ ਹੀ ਨਹੀਂ ਹੈਗਾ, ਮੇਰਾ ਕੋਈ ਕੰਪਟੀਸ਼ਨ ਵੀ ਨਹੀਂ ਨਾ ਹੈਗਾ ਹੁਣ, ਤਾਂ ਮੈਂ ਹੁਣ ਪੂਰਾ ਚਿੱਲ ਮੋੜ ਹਾਂ। ਉਹ ਤਾਂ ਸਾਰੇ ਗਰੀਬ ਜੱਬਲ ਜੇ ਇਕੱਠੇ ਹੋਏ ਆ, ਆਪਾਂ ਗੰਜੇ ਨੂੰ ਪੁੱਛਦੇ ਕਿੰਨੇ ਪੈਸੇ ਲਊਗਾ ਮਿਊਜ਼ਿਕ ਦੇ। ਹੈਲੋ ਹੈਲੋ, ਹਾਂਜੀ ਆਪਾਂ ਇਹਦੇ ਮਿਊਜ਼ਿਕ ਕਰਦੇ ਹਾਂ। ਹੋਰ ਅਸੀਂ ਇੰਸਟਰੂਮੈਂਟ ਪੈਂਚਰ ਲਾਉਣ ਨੂੰ ਰੱਖੇ ਆ। ਮੇਰਾ ਮਤਲਬ ਕਿੰਨੇ ਸਿੱਕੇ ਲੈਂਦੇ ਹੋ? ਸਿੱਕੇ? ਉਹ ਨੋਟਾਂ ਨੂਟਾਂ ਦੀ ਗੱਲ ਕਰ। ਹਾਂ, ਕਿੰਨੇ ਲੈਂਦੇ ਹੋ? ਉਹ ਭਰਾਵਾ 10 ਲੱਖ ਲੈ ਲੈਂਦੇ ਹਾਂ, ਬਾਕੀ ਵੀਡੀਓ ਵੀਡੀਓ ਦਾ ਪਾ ਕੇ 20 ਲੱਖ ਪੈ ਜਾਂਦਾ। ਬਸ ਇੰਨੇ ਕੀ? ਹਾਂ, ਇਹ ਤਾਂ ਬਹੁਤ ਥੋੜ੍ਹੇ ਆ, ਤੁਸੀਂ ਮਿਊਜ਼ਿਕ ਵਧੀਆ ਨਹੀਂ ਕਰਦੇ ਹੋਣੇ ਫਿਰ। ਉਹ ਚੱਲ ਯਾਰ ਕੱਟ। ਉਹ ਨਹੀਂ ਨਹੀਂ ਜੀ, ਇਹ ਤਾਂ ਬਹੁਤ ਥੋੜ੍ਹੇ ਆ। ਉਹ ਯਾਰ ਕੱਟ ਦੇ। ਉਹ ਮੈਂ ਕੱਟਣ ਹੀ ਲੱਗਾ ਸੀ, ਤੁਸੀਂ ਪੈਸੇ ਹੀ ਬੜੇ ਥੋੜ੍ਹੇ ਮੰਗ ਰਹੇ ਹੋ। ਇਹ ਤਾਂ ਬੜੇ ਜ਼ਿਆਦਾ ਮੰਗ ਰਹੇ ਆ, ਮੈਂ ਉਹਨੂੰ ਹੀ ਲਾਉਂਦਾ ਵਾ। ਹੈਲੋ ਹੈਲੋ, ਕੀ ਹਾਲ ਨੇ ਭਾਅ ਜੀ? ਉਹ ਵਧੀਆ ਯਾਰ, ਤੂੰ ਦੱਸ। ਹੋਰ ਭਾਅ ਜੀ, ਮੰਮੀ ਡੈਡੀ ਫੁੱਫੜ ਫੱਫੜ ਸਾਰੇ ਠੀਕ ਨੇ? ਤੁਹਾਡੀ ਮਾਸੀ ਦੀ ਨਨਾ ਦੀ ਛੋਟੀ ਕੁੜੀ ਆ, ਉਹਦੀ ਭਾਅ ਜੀ ਕਿੱਦਾਂ? ਠੀਕ ਠਾਕ ਆ ਸਾਰੇ? ਓਏ ਹਾਂ ਯਾਰ। ਅਤੇ ਗੁੱਸਾ ਛੱਡੋ, ਤੁਹਾਡਾ ਜ਼ੁਕਾਮ ਜ਼ੁਕੂਮ ਠੀਕ ਆ? ਉਹ ਤੇ ਯਾਰ ਨਾ ਠੀਕ ਹੋਇਆ, ਤੂੰ ਠੀਕ ਕਰ ਦੇਗਾ ਮੈਨੂੰ? ਜੇ ਨਹੀਂ ਠੀਕ ਹੈਗਾ ਤਾਂ ਮੈਨੂੰ ਦੱਸ ਦਿਓ, ਮੈਂ ਆ ਕੇ ਨੱਕ ਪਹੁੰਚ ਦਿੰਦਾ। ਵੈਸੇ ਮੈਂ ਪੁੰਜ ਨਹੀਂ ਲੱਗਾ ਸੀ। ਉਹ ਤੂੰ ਚਾਹੁੰਦਾ ਕੀ ਆ ਉਹ ਦੱਸ ਯਾਰ ਮੈਨੂੰ। ਆ ਮੈਂ ਤੁਹਾਡੇ ਸਟੂਡੀਓ 'ਚ ਆ ਸਕਦਾ? ਨਹੀਂ ਯਾਰ। ਓਕੇ ਚਲੋ ਫਿਰ ਮੈਂ ਆ ਗਿਆ। ਉਹ ਨਹੀਂ ਯਾਰ, ਉਹ ਮੈਂ ਆ ਗਿਆ। ਉਹ ਨਹੀਂ ਆਉਣਾ ਯਾਰ, ਉਹ ਮੈਂ ਆਉਣ ਹੀ ਲੱਗਾ ਸੀ। ਉਹ ਚੱਲ ਆ ਜਾ ਯਾਰ।
ਪੱਗ ਬੰਨੀ ਜਾਣੀ ਸੀ ਹੁਣੇ। ਓ ਓ ਕੀ ਹਾਲ ਨੇ ਭਾਈ ਸਾਹਿਬ? 2 ਮਿੰਟ ਰੁਕੋ, ਤੂੰ ਪਹਿਲਾਂ ਕਿਉਂ ਮਨਾ ਕਰਤਾ ਸੀ ਮੈਨੂੰ? ਓ ਭਾਈ ਸਾਹਿਬ, ਮੈਂ ਮਨਾ ਤਾਂ ਕਰਤਾ ਸੀ, ਮੈਨੂੰ ਲੱਗਿਆ ਕਿ ਕੋਈ ਹੋਰ ਜੱਬਾ ਅਲਜਾਬਾ ਜਿਹਨੇ ਮੇਰਾ ਪਹਿਲਾਂ ਮਿਊਜ਼ਿਕ ਕੀਤਾ ਸੀਗਾ। ਤੁਸੀਂ ਤਾਂ ਉਦੋਂ ਹੀ ਵੱਡੇ ਮਹਾਨ ਕਲਾਕਾਰ ਮੈਨੂੰ ਦਿਸੇ ਤਾਂ ਮੈਂ ਤੁਹਾਨੂੰ ਬਾਅਦ 'ਚ ਬੈਕ ਕਾਲ ਕਰ ਲਈ। ਠੀਕ, ਹੋਰ ਕੋਈ ਗੱਲ ਨਹੀਂ। ਠੀਕ ਹੈ, ਠੀਕ। ਆਪਾਂ ਨਾ ਮਿਊਜ਼ਿਕ ਕਰਵਾਉਣਾ ਸੀਗਾ। ਹਾਂਜੀ, ਤੁਸੀਂ ਕਰ ਸਕਦੇ ਹੋ? ਕਰ ਸਕਦੇ ਹਾਂ। ਚਲੋ ਜੀ, ਇਹ ਤਾਂ ਵਧੀਆ ਹੋ ਗਿਆ, ਮੈਨੂੰ ਲੱਗਿਆ ਕਿ ਤਾਂ ਨਹੀਂ ਕਰ ਸਕਦੇ। ਨਹੀਂ ਨਹੀਂ ਕਰ ਸਕਦੇ ਹਾਂ ਜੀ। ਚਲੋ ਫਿਰ ਐਂ ਕਰਦੇ ਹਾਂ, ਆਪਾਂ ਗਲਾ ਰਿਕਾਰਡ ਕਰ ਲੈਂਦੇ ਹਾਂ। ਕਰ ਲੈਂਦੇ ਹਾਂ। ਤੁਸੀਂ ਮੇਰੇ ਇੱਕ ਵਾਰੀ ਸੁਰ ਚੈੱਕ ਕਰ ਲਓ। ਸਾ ਮੈਂ ਕਰਨ ਨਹੀਂ ਲੱਗਾ ਸੀ, ਮੈਂ ਦਿਲੋਂ ਆਵਾਜ਼ ਆਈ ਆ ਦੇਖੋ। ਹਾਂਜੀ। ਨਹੀਂ ਤੇ ਏਦਾਂ ਨੀ ਹੁੰਦਾ। ਹਾਂ, ਇਹਦਾ ਸੁਰ ਵੀ ਨੀ ਲਾਉਣੇ ਆਉਂਦੇ। ਸੁਰ ਆਪਾਂ ਲਾਉਣੇ ਹੀ ਨੀ। ਸੱਚ ਮੈਂ ਭੁੱਲ ਗਿਆ, ਸੁਰ ਥੋੜੀ ਲਾਉਣੇ ਆਪਾਂ, ਆਪਾਂ ਰੈਪ ਕਰਨਾ ਵਾ। ਉਹ ਮੈਂ ਭੁੱਲ ਗਿਆ, ਸੁਰ ਦੀ ਲੋੜ ਨੀ ਹੁੰਦੀ, ਉਹ ਚੱਲ ਜਾਂਦੀ ਆ। ਉਹ ਤੂੰ ਤਾਂ ਭਰਾਵਾ ਇਹਦਾ ਨੇ ਬੇਹੋਸ਼ ਕਰ ਦੇਣਾ ਈ। ਚੱਲ ਹੁਣ ਆ ਜਾ ਇੱਧਰ। ਉਹ ਮੈਂ ਆਉਣ ਹੀ ਲੱਗਾ ਸੀ। ਹਾਂ ਚੱਲ ਆਲੇ, ਇਹਦੀ ਜੇ ਚੱਲ ਮੈਂ ਸਾਊਂਡ ਲਾਉਣਾ। ਚੱਲ ਤੂੰ, ਮੈਂ ਜਾਣ ਹੀ ਲੱਗਾ ਸੀ। ਡਾਂਗਾ Blank Beats Production. Yo 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 yo. Main ta baal aayi badiyan. Main ta baal a top da. Tusi ta bekar ho, tusi ta bekar ho. Che che phut lambi billo marda main tar gun mere ch bathere paala mere na pyar. ਤੈਨੂੰ ਛੱਡ ਕਿਸੇ ਨੂੰ ਨਾ ਚਾਹੂੰਗਾ ਕਦੇ, ਕਿਉਂਕਿ ਤੈਨੂੰ ਛੱਡ ਦੇਖ ਮੈਨੂੰ ਰਾਜੀ ਨਾ ਕੋਈ ਨਰ। ਤੇਰੇ ਹੱਥਾਂ ਨੂੰ ਕਰਾ ਕੇ ਦੇਣੀਆਂ ਮੈਂ ਝਾਂਜਰਾਂ, ਤੇਰੇ ਪੈਰਾਂ ਨੂੰ ਕਰਾ ਕੇ ਦੇਣੀਆਂ ਨੇ ਚੂੜੀਆਂ। ਚਾਹੇ ਗਾਲ ਤੋਂ ਬਿਨਾਂ ਨਾ ਗੱਲ ਕਰਾਂ ਤੇਰੇ ਨਾਲ, ਪਰ ਮੰਨਣਾ ਪੈਣਾ ਮੁਹੱਬਤਾਂ ਨੇ ਗੂੜੀਆਂ। ਮੇਰੀ ਤਾਂ ਸਮਾਈਲ ਕਰੇ ਕੁੜੀਆਂ ਨੂੰ ਤੰਗ, ਕਿਉਂਕਿ ਪੀਲੇ ਪੀਲੇ ਦੰਦ ਮੇਰੇ, ਪੀਲੇ ਪੀਲੇ ਦੰਦ ਕੁੜੀਆਂ ਨੂੰ ਲੱਗੇ ਮੁੰਡਾ ਕਰੇ ਨਾ ਬੁਰਸ਼। ਮੈਂ ਤਾਂ ਚਾਹੁੰਦਾ ਹਾਂ ਦਿਖਾਉਣਾ ਕਿ ਮੈਂ ਖਾਧਾ ਹੋਇਆ ਅੰਬ। ਕੱਲ ਮੈਨੂੰ ਟਰੰਪ ਮਾਰੀ ਜਾਵੇ ਮਿਸ ਕਾਲਾ, ਕਹਿੰਦਾ ਧਰੇ ਆਏ ਪਾਠ ਤੁਸੀਂ ਸਾਰਿਆਂ ਨੇ ਆਣਾ। ਮੈਂ ਆਖਿਆ ਮੈਂ ਸੌਣ ਵਿੱਚ ਬਿਜ਼ੀ ਹੁੰਦਾ ਆ, ਚੱਲ ਕਰਦੀ ਤੂੰ ਫੋਨ ਜਦੋਂ ਲੰਗਰ ਹੋਇਆ ਖਾਣਾ। ਮੈਂ ਮਤਾਨ ਵਿੱਚ ਆਇਆ ਸਿੱਧੂ ਗੋਣੋਂ ਹਟ ਗਿਆ, ਕਰਨ ਨੌਜਲਾ ਵੀ ਹੁੱਡੀਆਂ ਵੇਚਣ ਲੱਗ ਪਿਆ। ਕਈ ਨਿੰਦ ਦੇ ਹੁੰਦੇ ਸੀ ਕਦੇ ਮੇਰੇ ਰੈਪ ਨੂੰ, ਕਈ ਕਹਿੰਦੇ ਸਿਰਾ ਲਾ ਗਿਆ, ਕਈ ਕਹਿੰਦੇ ਆ ਕੀ ਹੱਗ ਗਿਆ। ਪਹਿਲਾਂ ਸੁਣ ਮੇਰੇ ਗਾਣੇ ਲੋਕ ਚੁੱਕਦੇ ਸੀ ਇੱਟ, ਭੋਲਾ ਤੇਰਾ ਯਾਰ ਹੁਣ ਸਾਰੇ ਪਾਸੇ ਹਿੱਟ। ਕਈ ਰੈਪ ਮੇਰਾ ਸੁਣ ਕੱਢਦੇ ਸੀ ਕਮੀਆਂ, ਹੁਣ ਫੋਨ ਲਾ ਕੇ ਕਹਿੰਦੇ ਗਾਣਾ ਕਰਨਾ ਏ ਇੱਕ। ਮੈਂ ਕਹਿੰਦਾ ਉਹ ਮੈਂ ਤਾਂ ਬਾਲ ਆਈ ਵਧੀਆਂ, ਉਹ ਮੈਂ ਤਾਂ ਬਾਲ ਆ ਟੋਪ ਦਾ, ਤੁਸੀਂ ਤਾਂ ਬੇਕਾਰ ਹੋ, ਤੁਸੀਂ ਤਾਂ ਬੇਕਾਰ ਹੋ। ਓਏ ਇਹ ਕੀ ਲੱਭ ਰਹੇ ਆ? ਲੱਗਦਾ ਇਹਨਾਂ ਨੂੰ ਮੇਰਾ ਗਾਣਾ ਪਸੰਦ ਆ ਗਿਆ, ਮੈਨੂੰ ਸ਼ਗਨ ਦੇਣ ਲੱਗੇ ਆ। ਕਿਵੇਂ ਲੱਗੀ ਵੀਡੀਓ? ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ। ਬਾਕੀ ਤੁਹਾਨੂੰ ਪ੍ਰੋਡਕਟਸ ਮਿਲ ਜਾਣਗੇ ostra.com ਤੋਂ, ਅਤੇ ਮੇਰਾ ਕੂਪਨ ਕੋਡ ਬੀਂਗਸਰਾ20 ਯੂਜ਼ ਕਰਨ 'ਤੇ ਤੁਹਾਨੂੰ ਮਿਲ ਜੂਗਾ 20% ਦਾ ਫਲੈਟ ਡਿਸਕਾਊਂਟ। ਤੁਹਾਨੂੰ ਇਹ ਪ੍ਰੋਡਕਟਸ ਐਮਾਜ਼ੋਨ ਅਤੇ ਫਲਿੱਪਕਾਰਟ ਤੋਂ ਵੀ ਮਿਲ ਜਾਣਗੇ, ਤਾਂ ਹੁਣੇ ਜਾ ਕੇ ਬਾਈ ਕਰ ਸਕਦੇ ਹੋ, ਲਿੰਕ ਇਨ ਡਿਸਕ੍ਰਿਪਸ਼ਨ ਬੋਕਸ।